श्री गुरु अमरदास जी दे ज्योति जोत समाण तो बाद श्री गुरु रामदास जी बाबा मोहन जी ते बाबा मोहरी जी तो विदायगी लैके परिवार समेत अमृतसर आ गए सन। उत्थे सरोवर की कार सेवा करते रहे। गुरु जी पहर रात रहंदी उठते शौच इशनान करके फिर समाधि ला के अपने स्वरूप विच लीन हुंदे सन। सवेर होण तक समाधि विच रहंदे। सूरज चढ़े तो बाद दीवान विच आ के सिंघासन ते बैठदे। कीर्तनीय सिख कीर्तन करदे। सिख गुरु जी दी हजूरी विच बैठ के कीर्तन सुनदे। जदों भोजन तैयार हुंदा लांगरी आप जी नूं भोजन छकण दी बेनती करदा। गुरु जी सारी संगत नाल लंगर विच जाके पंगत विच बैठ के भोजन छकदे फिर अपने आसन ते चले जांदे। शाम दे तीजे पहर दा दीवान लगदा। उत्थे कथा कीर्तन हुंदा। गुरु जी संगतां विच बैठ के कथा कीर्तन सुनदे। पहर रात तों बाद लंगर विच भोजन छक के विराज जांदे। बाबा श्री चंद जी श्री गुरु नानक देव जी दे बड़े सपुत्र सन। ਉਹ ਬਹੁਤ ਵੱਡੇ ਸੰਤ ਮਹਾਤਮਾ ਤੇ ਤਿਆਗੀ ਸਨ। ਉਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ। ਇੱਕ ਦਿਨ ਉਹਨਾਂ ਨੇ ਵਿਚਾਰ ਕੀਤੀ ਕਿ ਹੁਣ ਰਾਮਦਾਸ ਜੀ ਗੁਰੂ ਹੋ ਗਏ ਹਨ, ਵੇਖੀਏ ਉਹ ਸਾਡੇ ਨਾਲ ਕਿਹੋ ਜਿਹਾ ਪ੍ਰੇਮ ਕਰਦੇ ਹਨ। ਇਹ ਸੋਚ ਕੇ ਉਹ ਆਪਣੇ ਸੇਵਕ ਗੋਦੜੀਏ ਤੇ ਸਵਾਰ ਹੋ ਕੇ ਗੁਰੂ ਜੀ ਪਾਸ ਆਏ। ਜਦੋਂ ਸ਼੍ਰੀ ਗੁਰੂ रामदास जी ने सुनिया कि सानू मिलन वास्ते श्री गुरु नानक देव जी दे बड़े सपुत्र आ रहे हन, गुरु जी ने छेती आ के सत्कार वजों श्री चंद जी दे पैरां ते मत्था टेकिया ते उहनां दी बहुत इज्जत ते सेवा कीती। उहनां नू एक वधिया घोड़ा ते 500 रुपए भेटा कीते। उहनां दा आसन अपने आसन तो उच्चा लवाया। श्री चंद ने परखण वास्ते कहा, ਤੁਸੀਂ ਆਪਣਾ ਦਾੜਾ ਇਤਨਾ ਕਿਉਂ ਵਧਾਇਆ ਹੈ? ਗੁਰੂ ਜੀ ਬੜੀ ਨਿਮਰਤਾ ਨਾਲ ਸ਼੍ਰੀ ਚੰਦ ਜੀ ਦੇ ਚਰਨਾਂ 'ਤੇ ਆਪਣੇ ਦਾੜੇ ਨਾਲ ਸਾਫ਼ ਕਰਨ ਲੱਗ ਪਏ ਅਤੇ ਕਿਹਾ, ਤੁਸੀਂ ਵੱਡੇ ਸਤਿਗੁਰਾਂ ਦੇ ਪੁੱਤਰ ਹੋ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨਾਂ ਨੂੰ ਝਾੜਨ ਵਾਸਤੇ ਵਧਾਇਆ ਹੈ। ਸ਼੍ਰੀ ਚੰਦ ਜੀ ਗੁਰੂ ਜੀ ਦੀ ਐਸੀ ਨਿਮਰਤਾ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਕਹਿਣ ਲੱਗੇ, ਇਸੇ ਮਿੱਠਤ ਨਾਲ ਹੀ ਸਾਡੇ ਪਿਤਾ ਜੀ ਗੱਦੀ ਪਹਿਲਾਂ ਸ਼੍ਰੀ ਲਹਿਣਾ ਜੀ ਨੂੰ ਮਿਲੀ, ਫਿਰ ਅਮਰਦਾਸ ਜੀ ਨੂੰ ਮਿਲੀ ਅਤੇ ਹੁਣ ਆਪ ਜੀ ਨੂੰ ਮਿਲੀ ਹੈ। ਤੁਹਾਡੀ ਮਹਿਮਾ ਬਹੁਤ ਵੱਡੀ ਹੈ। ਇਹ ਗੱਦੀ ਆਪ ਵਰਗਿਆਂ ਨੂੰ ਹੀ ਸੋਭਦੀ ਹੈ ਅਤੇ ਕਿਹਾ, ਤੁਹਾਡੇ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਪਾਪੀ ਵੀ ਮੁਕਤੀ ਨੂੰ ਪ੍ਰਾਪਤ ਹੋਣਗੇ। ਵਾਹਿਗੁਰੂ। ਪਹਿਲਾ ਪ੍ਰਸ਼ਨ, ਸ਼੍ਰੀ ਗੁਰੂ ਰਾਮਦਾਸ ਜੀ ਦੀ ਨਿਤ ਕਿਰਿਆ ਕੀ ਸੀ? ਦੂਸਰਾ ਪ੍ਰਸ਼ਨ, ਬਾਬਾ ਸ਼੍ਰੀ ਚੰਦ ਜੀ ਕੌਣ ਸਨ? ਤੀਸਰਾ ਪ੍ਰਸ਼ਨ, ਜਦੋਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਸੁਣਿਆ ਕਿ ਬਾਬਾ ਸ਼੍ਰੀ ਚੰਦ ਜੀ ਆ ਰਹੇ ਹਨ ਤਾਂ ਗੁਰੂ ਜੀ ਨੇ ਕੀ ਕੀਤਾ? ਚੌਥਾ ਪ੍ਰਸ਼ਨ, ਸ਼੍ਰੀ ਚੰਦ ਜੀ ਨੇ ਪਰਖਣ ਵਾਸਤੇ ਗੁਰੂ ਜੀ ਨੂੰ ਕੀ ਕਿਹਾ ਅਤੇ ਗੁਰੂ ਜੀ ਨੇ ਕੀ ਉੱਤਰ ਦਿੱਤਾ? ਵਾਹਿਗੁਰੂ।